ਕੰਪਲੇਂਟ ਕਰਨ ਵਾਲੀ ਲੜਕੀ ਹੈ, ਕਮਲਦੀਪ ਕੌਰ ਹੈ, ਕੈਨੇਡਾ ਦੀ ਵਾਸੀ ਹੈ। ਤਾਂ ਉਹਨੇ ਇਹ ਬਲੇਮ ਲਗਾਇਆ ਕਿ ਸਿੱਧੂ ਮੂਸੇਵਾਲੇ ਨਾਲ ਉਹਦੀ 2017 'ਚ ਮੁਲਾਕਾਤ ਹੋਈ ਸੀ ਕੈਨੇਡਾ ਵਿਖੇ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਉਹਨਾਂ ਦੇ ਵਧੀਆ ਰਿਲੇਸ਼ਨ ਰਹੇ। ਫੋਨ ਨੰਬਰ ਦਿੱਤਾ ਉਹ ਜਿਹੜਾ ਦਰਖਾਸਤ ਵਿੱਚ ਮੈਂਸ਼ਨ ਹੈ ਉਹ ਅਸੀਂ ਟਰੇਸ ਕੀਤਾ ਕਿ ਇੰਗਲੈਂਡ ਦਾ ਨੰਬਰ। ਉਹਦੇ ਪ੍ਰਤੀ ਔਰ ਉਹਦੀ ਬੇਟੀ ਦੇ ਪ੍ਰਤੀ ਬਹੁਤ ਵੱਡੀ ਸ਼ਰਧਾਲੀ ਉਹਨਾਂ ਨੇ ਬੋਲੀ ਹੈ, ਮੈਸੇਜ ਵਗੈਰਾ ਕੀਤੇ ਹੈ। ਆਪਣੇ ਹਿੱਟ ਗੀਤਾਂ ਅਤੇ ਵਿਰੋਧੀ ਸਿੰਗਰਾਂ ਨੂੰ ਠੋਕਵਾਂ ਜਵਾਬ ਦੇਣ ਕਾਰਨ ਚਰਚਾ ਵਿੱਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਘਿਰ ਗਏ ਨੇ। ਜੀ ਹਾਂ, ਦੱਸ ਦਈਏ ਕਿ ਇਸ ਵਾਰ ਚਰਚਾ ਵਿੱਚ ਰਹਿਣ ਦਾ ਉਹਨਾਂ ਦਾ ਕੋਈ ਵਿਵਾਦਿਤ ਬਿਆਨ, ਕੋਈ ਵੀਡੀਓ ਜਾਂ ਫਿਰ ਕੋਈ ਰਿਪਲਾਈ ਨਹੀਂ, ਸਗੋਂ ਉਹਨਾਂ ਖਿਲਾਫ ਫੋਨ ਤੇ ਧਮਕੀ ਦੇਣ ਦੀ ਸ਼ਿਕਾਇਤ ਮੋਗਾ ਦੇ NRI ਥਾਣੇ ਵਿੱਚ ਦਰਜ ਕੀਤੀ ਗਈ ਹੈ। ਦੱਸਦੇ ਕਿ ਕਮਲਜੀਤ ਨਾਮ ਦੀ ਇੱਕ ਕੈਨੇਡੀਅਨ ਔਰਤ ਨੇ ਇੰਗਲੈਂਡ ਦੇ ਇੱਕ ਨੰਬਰ ਤੋਂ ਉਸ ਨੂੰ ਧਮਕੀ ਦੇਣ ਦੇ ਦੋਸ਼ ਲਗਾਏ ਨੇ। ਉਧਰ NRI ਥਾਣੇ ਦੇ SHO ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਕੈਨੇਡਾ ਤੋਂ ਸ਼ਿਕਾਇਤ ਪੱਤਰ ਮਿਲਿਆ ਜੋ ਕਿ ਕਮਲਦੀਪ ਕੌਰ ਨਾਮ ਦੀ ਲੜਕੀ ਦਾ, ਜਿਸਦਾ ਪਿੰਡ ਮੋਗਾ ਜ਼ਿਲ੍ਹੇ ਦੇ ਨਾਲ ਹੀ ਸੰਬੰਧਿਤ ਹੈ। ਤੇ ਉਸਨੇ ਸ਼ਿਕਾਇਤ ਪੱਤਰ ਵਿੱਚ ਲਿਖਿਆ ਹੈ ਕਿ ਸਿੱਧੂ ਮੂਸੇਵਾਲਾ ਕੈਨੇਡਾ ਪੜ੍ਹਾਈ ਦੇ ਦੌਰਾਨ ਜਦੋਂ ਸਟੱਡੀ ਵੀਜ਼ਾ ਤੇ ਗਿਆ ਸੀ ਤਾਂ ਉਸਨੇ ਸਿੱਧੂ ਮੂਸੇਵਾਲੇ ਦੀ ਮਦਦ ਕੀਤੀ ਸੀ। ਸਿੱਧੂ ਮੂਸੇਵਾਲੇ ਦੇ ਰਿਸ਼ਤੇ ਬਾਰੇ ਵੀ ਉਹਨਾਂ ਦੀ ਆਪਸੀ ਗੱਲਬਾਤ ਹੋਈ ਪਰ ਗੱਲ ਸਿਰੇ ਨਾ ਲੱਗ ਸਕੀ ਅਤੇ ਉਸ ਤੋਂ ਬਾਅਦ ਇਸ ਲੜਕੀ ਦਾ ਵਿਆਹ ਕਿਤੇ ਹੋਰ ਹੋ ਗਿਆ। ਤੇ ਹੁਣ ਲੜਕੀ ਨੇ ਇੱਕ ਨੰਬਰ ਸ਼ਿਕਾਇਤ ਪੱਤਰ ਵਿੱਚ ਲਿਖ ਕੇ ਇਹ ਕਿਹਾ ਕਿ ਇਹ ਨੰਬਰ ਸਿੱਧੂ ਮੂਸੇਵਾਲੇ ਦਾ ਹੈ ਤੇ ਇਸ ਨੰਬਰ ਤੋਂ ਉਸ ਨੂੰ ਕਾਫੀ ਭੱਦੀ ਸ਼ਬਦਾਵਲੀ ਬੋਲੀ ਗਈ ਹੈ ਤੇ ਮੈਸੇਜ ਵੀ ਆ ਰਹੇ ਨੇ। ਇਹ ਜਿਹੜੀ ਕੰਪਲੇਂਟ ਕਰਨ ਵਾਲੀ ਲੜਕੀ ਹੈ ਕਮਲਦੀਪ ਕੌਰ ਹੈ, ਕੈਨੇਡਾ ਦੀ ਵਾਸੀ ਹੈ। ਤਾਂ ਉਹਨੇ ਇਹ ਬਲੇਮ ਲਗਾਇਆ ਕਿ ਸਿੱਧੂ ਮੂਸੇਵਾਲੇ ਨਾਲ ਉਹਦੀ 2017 'ਚ ਮੁਲਾਕਾਤ ਹੋਈ ਸੀ ਕੈਨੇਡਾ ਵਿਖੇ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਉਹਨਾਂ ਦੇ ਵਧੀਆ ਰਿਲੇਸ਼ਨ ਰਹੇ। ਤਾਂ ਜਦੋਂ ਉਹਦੇ ਮਾਂ ਬਾਪ ਉੱਥੇ ਕੈਨੇਡਾ ਵਿੱਚ ਗਏ ਤਾਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਰਿਲੇਸ਼ਨ ਵਿਗੜ ਗਈ। ਕਿਸ ਤਰ੍ਹਾਂ ਰਿਲੇਸ਼ਨ ਵਿਗੜੀ ਉਹਦੇ? ਇਹ ਤਾਂ ਹੁਣ ਲੜਕੀ ਹੀ ਦੱਸ ਸਕਦੀ ਹੈ ਵੀ ਉਹਦੇ ਰਿਲੇਸ਼ਨ ਕਿਸ ਤਰ੍ਹਾਂ ਦਾ ਸੀ, ਬਟ ਉਹਦੇ ਕੰਪਲੇਂਟ ਮੁਤਾਬਕ ਉਹਨੇ ਇਹ ਦੱਸਿਆ ਕਿ ਸਾਡੇ ਰਿਸ਼ਤੇ ਦੀ ਗੱਲ ਵੀ ਉਹਦੇ ਮਾਂ ਬਾਪ ਨੇ ਕੀਤੀ ਸੀ। ਕਿਹਦੇ ਮਾਂ ਬਾਪ ਨੇ ਰਿਸ਼ਤੇ ਦੀ ਗੱਲ ਕੀਤੀ? ਸਿੱਧੂ ਮੂਸੇਵਾਲੇ ਦੀ। ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਉਹ ਕਹਿੰਦੇ ਵੀ ਨਹੀਂ ਹੋਇਆ, ਇਹ ਗੱਲ ਸਿਰੇ ਨਹੀਂ ਲੱਗੀ। ਤਾਂ ਫਿਰ ਬਾਅਦ ਵਿੱਚ ਵੀ ਉਹ ਸਿੱਧੂ ਮੂਸੇਵਾਲੇ ਨੇ ਮਤਲਬ ਉਹਦੇ ਕਹਿਣ ਮੁਤਾਬਕ ਇੱਕ ਫੋਨ ਨੰਬਰ ਦਿੱਤਾ ਉਹ ਜਿਹੜਾ ਦਰਖਾਸਤ ਵਿੱਚ ਮੈਂਸ਼ਨ ਹੈ ਉਹ ਅਸੀਂ ਟਰੇਸ ਕੀਤਾ ਕਿ ਇੰਗਲੈਂਡ ਦਾ ਨੰਬਰ ਹੈ। ਉਹਦੇ ਵਿੱਚ ਇਹ ਹੈ ਕਿ ਉਹਦੇ ਪ੍ਰਤੀ ਔਰ ਉਹਦੀ ਬੇਟੀ ਦੇ ਪ੍ਰਤੀ ਬਹੁਤ ਭੱਦੀ ਸ਼ਬਦਾਵਲੀ ਉਹਨਾਂ ਨੇ ਬੋਲੀ ਹੈ, ਮੈਸੇਜ ਵਗੈਰਾ ਕੀਤੇ ਹੈ, ਇਸ ਤਰ੍ਹਾਂ ਦਾ। ਲੜਕੀ ਵਿਆਹੀ ਹੋਈ ਹੈ ਜੀ ਪਹਿਲਾਂ? ਲੜਕੀ ਵਿਆਹੀ ਹੋਈ ਹੈ ਪਹਿਲਾਂ ਆਲਰੇਡੀ, ਉਹਦੇ ਕੋਲ 8-9 ਸਾਲ ਦਾ ਬੱਚਾ ਹੈ, ਲੜਕੀ ਹੈ। ਕਮਲਦੀਪ ਕੌਰ ਹੈ, ਕੈਨੇਡਾ ਵਿੱਚ ਰਹਿੰਦੀ ਹੈ। ਤੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਸਾਡੇ ਵੱਲੋਂ ਦੋਨਾਂ ਧਿਰਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ, ਸਿੱਧੂ ਮੂਸੇਵਾਲੇ ਪਰਿਵਾਰ ਨੂੰ ਵੀ, ਉਹਨਾਂ ਨੂੰ ਅਸੀਂ ਕਾਲ ਕੀਤੀ ਹੈ, ਉਹਨਾਂ ਦੀ ਡਿਟੇਲ ਵੀ ਆ ਰਹੀ ਹੈ ਸਿੱਧੂ ਮੂਸੇਵਾਲੇ ਵੱਲੋਂ ਤਾਂ ਲੜਕੀ ਵੱਲੋਂ ਵੀ ਡਿਟੇਲ। ਧਮਕੀਆਂ ਵੀ ਦਿੱਤੀਆਂ ਗਈਆਂ ਨੇ? ਹਾਂ, ਧਮਕੀਆਂ ਦਿੱਤੀਆਂ, ਉਹੀ ਤਾਂ ਮੇਨ ਕੰਪਲੇਂਟ ਵਿੱਚ ਧਮਕੀਆਂ ਦਾ ਹੀ ਕਾਰਨ। ਮੈਮ, ਇਹਨੇ ਕੋਈ ਆਪਦੀ ਕੰਪਲੇਂਟ ਲੜਕੀ ਨੇ ਲਿਖਿਆ ਵੀ ਸਿੱਧੂ ਮੂਸੇਵਾਲਾ ਉਹਦੇ ਕੋਲ ਕਦੋਂ ਕੈਨੇਡਾ ਗਿਆ ਜਾਂ ਕਿੰਨੇ ਦੇਰ ਉਹਦੇ ਕੋਲ ਰਿਹਾ, ਕੁਛ ਲਿਖਿਆ ਜੀ? ਉਹਦੇ ਕੋਲ ਬਿਲਕੁਲ ਨਹੀਂ ਰਿਹਾ, ਉਹਨਾਂ ਨੇ ਇਹ ਲਿਖਿਆ ਵੀ ਨਹੀਂ ਗਾ। ਉਹ ਕਹਿੰਦੇ 2017 'ਚ ਇਹ ਵੀ ਸਟੂਡੈਂਟ ਆਇਆ ਸੀ ਇੱਥੇ ਅਤੇ ਮੈਂ ਵੀ ਸਟੂਡੈਂਟ ਆਈ ਸੀ, ਤਾਂ ਉਸੇ ਦੌਰਾਨ ਸਾਡੀ ਕੋਈ ਮੁਲਾਕਾਤ ਹੋਈ ਸੀ, ਤਾਂ ਸਾਡੀ ਇਸ ਤਰ੍ਹਾਂ ਹੀ ਜਾਣ ਪਛਾਣ ਹੋਈ। ਕੋਈ ਲੜਕੀ ਨੇ ਆਰਥਿਕ ਮਦਦ ਵੀ ਕੀਤੀ ਹੈ? ਉਹ ਲਿਖਣ ਮੁਤਾਬਕ ਕੀਤੀ ਹੈ, ਕੰਪਲੇਂਟ ਵਿੱਚ ਉਹਨੇ ਦਰਜ ਕੀਤਾ ਕਿ ਅਸੀਂ ਮਦਦ ਵੀ ਮੈਂ ਆਪਦੀ ਕਰਦੀ ਰਹੀ ਹਾਂ। ਹੁਣ ਕੀ ਕਾਰਵਾਈ ਕੀ ਹੈ ਤੁਹਾਡੇ ਵੱਲੋਂ? ਜਦੋਂ ਤੱਕ ਫੋਨ ਬਾਰੇ ਨਹੀਂ ਕਲੀਅਰ ਹੋ ਜਾਂਦਾ ਉਦੋਂ ਤੱਕ ਕੋਈ ਵੀ ਰਿਜ਼ਲਟ ਸਾਹਮਣੇ ਨਹੀਂ। ਤੇ ਫੋਨ ਦਾ ਕੀ ਮਤਲਬ ਹੈ ਜੀ? ਫੋਨ ਤੋਂ ਧਮਕੀ ਆ ਰਹੀ ਹੈ? ਸਿੱਧੂ ਮੂਸੇਵਾਲ ਨੇ ਫੋਨ ਕੀਤਾ ਜਾਂ ਕੀ ਕਿੱਦਾਂ ਜੀ? ਨਹੀਂ, ਫੋਨ ਕੀਤਾ ਨਹੀਂ ਆ, ਜਿਹੜਾ ਲੜਕੀ ਨੇ ਨੰਬਰ ਮੈਂਸ਼ਨ ਕੀਤਾ ਦਰਖਾਸਤ ਵਿੱਚ ਉਹ ਇਹ ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਿੱਧੂ ਮੂਸੇਵਾਲੇ ਦਾ ਫੋਨ ਸੀ, ਬਟ ਉਹ ਅਸੀਂ ਸਾਈਬਰ ਕ੍ਰਾਈਮ ਨੂੰ ਭੇਜਾਂਗੇ, ਉਸ ਤੋਂ ਪਤਾ ਲੱਗੇ ਇੰਗਲੈਂਡ ਦਾ ਨੰਬਰ, ਇੰਡੀਅਨ ਹੈ ਜਾਂ ਇੰਗਲੈਂਡ ਦਾ, ਇੰਗਲੈਂਡ ਦਾ ਨੰਬਰ, ਇੰਗਲੈਂਡ ਦਾ। ਖੈਰ, ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਇੱਕ ਨਾਮੀ ਗਾਇਕ ਹੈ ਤੇ ਉਸ ਨਾਲ ਵਿਵਾਦ ਜੁੜੇ ਹੀ ਰਹਿੰਦੇ ਨੇ, ਤੇ ਹੁਣ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰਕਾਰ ਸੱਚ ਕੀ ਹੈ। ਸਿੱਧੂ ਮੂਸੇਵਾਲੇ ਨੇ ਇਹ ਧਮਕੀਆਂ ਦਿੱਤੀਆਂ ਨੇ ਜਾਂ ਫਿਰ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਤਾਂ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਮੋਗਾ ਤੋਂ ਬਿੱਟੂ ਪੁਰਬਾ ਦੀ ਰਿਪੋਰਟ, ਚੈਨਲ ਪੰਜਾਬ।